ਜਦੋਂ ਦਾ ਭਿੰਡਰਾਂਵਾਲਾ ਮਰਿਆ, ਸਾਧ ਜਰਨੈਲ ਸਿੰਘ ਭਿੰਡਰਾਂਵਾਲਾ ਜਦੋਂ ਦਾ ਮਰ ਕੇ ਨਰਕਾਂ ਨੂੰ ਗਿਆ ਜੀ, ਉਹ ਤੋਂ ਬਾਅਦ ਕੁੱਤੀ ਟਕਸਾਲ ਦੀਆਂ ਕਿਹੜੀਆਂ ਪ੍ਰਾਪਤੀਆਂ ਨੇ ਉਹ ਦੱਸੋ। ਔਰ ਭਿੰਡਰਾਂਵਾਲੇ ਦੇ ਮਰਨ ਤੋਂ ਪਹਿਲਾਂ ਦੀਆਂ ਟਕਸਾਲ ਦੀਆਂ ਕਿਹੜੀਆਂ ਪ੍ਰਾਪਤੀਆਂ ਨੇ ਉਹ ਦੱਸੋ। ਤੁਸੀਂ ਬੱਚਿਆਂ ਨੂੰ ਗਲਾਂ ਕੱਢਦੇ ਹੋ, ਮੈਨੂੰ ਦਿਨ ਰਾਤ ਗਲਾਂ ਕੱਢਦੇ ਹੋ। ਓਏ ਗਧਿਓ, ਓਏ ਖੋਤਿਓ, ਓਏ ਕੰਜਰੋ, ਤੁਹਾਡੇ ਚ ਹਿੰਮਤ ਹੈ ਨਾ ਤੇ ਆਪਣੀਆਂ ਫੋਟੋਆਂ ਲਾਓ, ਲਾਈਵ ਹੋ ਕੇ ਗੱਲ ਕਰੋ। ਜੇ ਤੁਹਾਡੇ ਵਿੱਚ ਕੋਈ ਅਣਖ ਹੈਗੀ ਨਾ ਤੇ ਲਾਈਵ ਹੋ ਕੇ ਗੱਲ ਕਰੋ। ਤੁਹਾਡੇ ਵਿੱਚੋਂ ਆਪਣੇ DNA ਟੈਸਟ ਕਰਾ ਕੇ ਦੇਖ ਲਓ। ਜਿਹੜੇ ਗਾਲਾਂ ਕੱਢਦੇ ਨੇ ਟਕਸਾਲੀ ਦਮਦਮੀ ਟਕਸਾਲ ਵਾਲੇ ਜਿਹੜੇ ਗਾਲਾਂ ਕੱਢਦੇ ਨੇ, ਉਹਨਾਂ ਦਾ DNA ਟੈਸਟ ਕਰਾ ਕੇ ਦੇਖ ਲਓ। ਅੱਧੇ ਨੂੰ ਜ਼ਿਆਦੇ ਤੁਹਾਡੇ ਚੋਂ ਸਾਧਾਂ ਦੀਆਂ ਔਲਾਦਾਂ ਨਿਕਲਣੀਆਂ ਨੇ। ਤੁਸੀਂ ਜਿਹੜੇ ਆਪਣੇ ਪਿਓ ਦਾ ਨਾਂ ਫਲਾਨਾ ਸਿੰਘ ਲਿਖਿਆ ਨਾ ਪਾਸਪੋਰਟ ਤੇ ਜਾਂ ਤੁਹਾਡੇ ਡੇਟ ਆਫ ਬਰਥ ਤੇ, ਉਹ ਵੀ ਤੁਹਾਡਾ ਆਪਣਾ ਨਹੀਂ ਹੈਗਾ। ਤੁਹਾਨੂੰ ਇਸ ਗੱਲ ਦਾ ਪਤਾ? ਤੁਹਾਨੂੰ ਤੁਸੀਂ ਡੀਂਗਾ ਮਾਰਦੇ ਹੋ ਵੱਡੀਆਂ ਵੱਡੀਆਂ, ਹੈਂ ਅਸੀਂ ਇਹ ਆ ਤੇ ਅਸੀਂ ਉਹ, ਕੀ ਉਹ ਤੁਸੀਂ ਭਾਈ ਦੱਸੋ ਤੁਸੀਂ ਕੀ ਹੋ ਤੁਸੀਂ? ਬਾਬੇ ਨਾਨਕ ਨੇ ਇੰਨਾ ਵਧੀਆ ਇਨਸਾਨ ਬਣਾਇਆ ਸੀ, ਤੁਸੀਂ ਉਸ ਬਾਬੇ ਨਾਨਕ ਦੀ ਇਨਸਾਨੀਅਤ ਨੂੰ ਧਰਮ ਵਾਲੇ ਪਾਸੇ, ਮਜ਼ਹਬ ਵਾਲੇ ਪਾਸੇ ਲੈ ਗਏ। ਬਾਬੇ ਨਾਨਕ ਨੇ ਜਿਹੜੇ ਗਲਤ ਹੋ ਚੁੱਕੇ ਸੀ ਇਹ ਧਰਮਾਂ ਦੇ ਵਿੱਚ, ਮਜ਼ਹਬਾਂ 'ਚ, ਉਹਨਾਂ ਨੂੰ ਬਾਹਰ ਕੱਢਿਆ ਸੀ ਵੀ ਰਹਿਣ ਦੋ, ਇਹ ਧਰਮਾਂ ਦੇ ਵਿੱਚ ਕੁਛ ਨਹੀਂ ਰੱਖਿਆ। ਹੋਇਆ ਕੀ ਹੈ ਕਿ ਅਸੀਂ ਬਾਬੇ ਨਾਨਕ ਦਾ ਹੀ ਧਰਮ ਚਲਾ ਦਿੱਤਾ ਕਿ ਬਾਬੇ ਨਾਨਕ ਨੇ ਸਿੱਖ ਧਰਮ ਚਲਾਇਆ। ਜੇ ਕਿਹੜਾ ਸਿੱਖ ਧਰਮ ਚਲਾਇਆ ਭਾਈ ਦੱਸੋ? ਬਾਬੇ ਨਾਨਕ ਨੇ ਇਨਸਾਨ ਬਣਾਏ ਸੀ, ਇਨਸਾਨ ਬਣੋ। ਜੇ ਧਰਮ ਉਦੋਂ ਉਸ ਟਾਈਮ ਤੇ ਘੱਟ ਧਰਮ ਨਹੀਂ ਸੀ, ਬਹੁਤ ਜ਼ਿਆਦਾ ਸੀਗੇ, ਤੇ ਬਾਬੇ ਨਾਨਕ ਨੇ ਕੁਝ ਇਨਸਾਨ ਕੱਢੇ ਸੀਗੇ ਭਾਈ ਲਹਿਣਾ ਜੀ ਵਰਗੇ, ਕਿ ਸਿੱਖ ਕੌਮ ਜਿਹੜੀ ਅੱਜ ਜਿਹਨੂੰ ਸਿੱਖ ਕੌਮ ਕਹਿ ਰਹੇ ਹਾਂ, ਇਹਨਾਂ ਵਿੱਚ ਚੰਗੇ ਇਨਸਾਨ ਬਣਨ ਤੇ ਇਹ ਚੰਗੇ ਇਸ ਦੁਨੀਆਂ ਵਿੱਚ ਚੰਗੇ ਕੰਮ ਕਰਨ, ਵਧੀਆ ਤਰੀਕੇ ਨਾਲ ਰਹਿਣ। ਜਿਹੜੀ ਗੱਲ ਕਰਨੀ ਹੈ ਆਪਣੇ ਹਿੱਕ ਦੇ ਥੱਲੇ ਛਾਤੀ ਠੋਕ ਕੇ ਗੱਲ ਕਰਨ, ਉਹ ਤੁਸੀਂ ਤਾਂ ਲਾਣਤੀ ਹੋ। ਤੁਹਾਨੂੰ ਕਹੀਏ ਕੀ? ਤੁਹਾਨੂੰ ਆਈਡੀਆਂ ਤੁਹਾਡੀਆਂ ਓਰੀਜਨਲ ਨੇ, ਫੋਟੋਆਂ ਤੁਹਾਡੀਆਂ ਓਰੀਜਨਲ ਨੇ, ਐਡਰੈਸ ਤੁਹਾਡੇ ਓਰੀਜਨਲ ਨੇ, ਟੈਲੀਫੋਨ ਨੰਬਰ ਤੁਹਾਡੇ ਓਰੀਜਨਲ ਨੇ। ਬੈਠਾ ਇੱਕ ਇੰਡੀਆ ਤੇ ਜਿਹੜੀ ਸਿਮ ਪਾਈ ਆ ਉਹ ਪਾਈ ਫਿਰਦਾ ਮਲੇਸ਼ੀਆ ਦੀ, ਬੈਠੇ ਇੰਡੀਆ ਨੇ ਸਿਮਾਂ ਪਾਈ ਫਿਰਦੇ ਨੇ ਇਟਲੀ ਦੀਆਂ। ਤੁਸੀਂ ਆਪਣੇ ਆਪ ਨੂੰ ਬੜੇ ਮਹਾਨ ਕਹਿੰਦੇ ਹੋ, ਓਏ ਗਧਿਓ, ਓਏ ਖੋਤਿਓ, ਓਏ ਲਾਈਵ ਹੋ ਕੇ ਗੱਲ ਕਰੋ। ਤੁਹਾਡੇ ਬਾਂਹ ਨਾ ਪਾਈ ਤੇ ਫੇਰ ਕਿਉਂ, ਤੁਹਾਡੀ ਜ਼ਬਾਨ ਖਿੱਚਣੀ, ਤੁਹਾਡੀ ਹਲਕ ਦੇ ਵਿੱਚੋਂ ਪੂਰੀ ਖਿੱਚਣੀ ਬਾਹਰ। ਇਹ ਸਾਡੀਆਂ ਨਾਕਾਮੀਆਂ ਸੀ ਕਿ ਧੁੰਮੇ ਵਰਗੇ ਟਕੇ ਦਾ ਬੰਦਾ ਨੀ ਜਿਹੜਾ, ਜਿਹੜੀ ਨਾ ਔਕਾਤ ਹੈ, ਨਾ ਅਕਲ ਹੈ, ਨਾ ਸ਼ਕਲ ਹੈ ਜਿਸ ਬੰਦੇ ਦੀ, ਉਹ ਬੰਦਾ ਸ਼ਬੀਲ ਆ ਗਿਆ ਜੇ। ਅਜਨਾਲੇ ਵਰਗਾ ਅਨਪੜ੍ਹ ਬੰਦਾ, ਮਹਾਂ ਬੇਵਕੂਫ ਬੰਦਾ, ਜਿਹਨੂੰ ਇੱਕ ਦੀਵਾਨੀ ਦੀ ਅਕਲ ਨਹੀਂ, ਉਹ ਸਾਡੇ ਸਿਰ ਦੇ ਉੱਤੇ ਬੈਠਣ ਨੂੰ ਫਿਰਦਾ ਜੇ। ਪਤਾ ਕਿਉਂ? ਕਿਉਂਕਿ ਜਿਹੜੇ ਸਾਡੇ ਸਿੱਖ ਕੌਮ ਦੇ ਜਿਹੜੇ ਇਸ ਵੇਲੇ ਆ ਸਾਡੇ ਤੁਰੇ ਫਿਰਦੇ ਨਾ, ਜਿਹੜੇ ਮੇਰੇ ਵਰਗੇ ਨੇ, ਇਹਨਾਂ ਨੇ ਆਪਣਾ ਇਹਨਾਂ ਨੇ ਫਰਜ਼ ਨਹੀਂ ਅਦਾ ਕੀਤਾ। ਜੇ ਫਰਜ਼ ਅਦਾ ਕੀਤਾ ਹੁੰਦਾ ਨਾ, ਇਹਨਾਂ ਕੁੱਤਿਆਂ ਦੀ ਕੀ ਹਿੰਮਤ ਸੀ ਇਹ ਬੋਲ ਜਾਂਦੇ? ਅਸੀਂ ਕਹਿਤਾ ਸਾਨੂੰ ਕੀ ਹੈ, ਫਲਾਨਾ ਕੀ ਹੈ, ਇਹਨਾਂ ਦੀ ਲੜਾਈ ਹੈ, ਉਹ ਚੰਗਾ ਭਲਾ ਸਾਡੇ ਵੀ ਆ ਬੇਵਕੂਫ ਪੱਗਾਂ ਵਾਲੇ ਕਹੀ ਜਾਂਦੇ, ਢੱਡਰੀਆਂ ਵਾਲੇ ਦੀ ਤੇ ਧੁੰਮੇ ਨਾਲ ਆਪਣੀ ਜਾਤੀ ਲੜਾਈ ਸੀਗੀ, ਵੀ ਗਿੱਡੀ ਕਿਤੇ ਧੁੰਮਾ ਚੋਰ ਉਹਦੀ ਮੱਝ ਖੋਲ ਕੇ ਲੈ ਗਏ ਸੀ, ਜਾਤੀ ਲੜਾਈ ਸੀਗੀ। ਉਹ ਭਾਈ ਗੁੰਡਾਗਰਦੀ ਕਰਦਾ ਸੀ, ਉਹ ਕੁੱਤਾ ਬੰਦਾ ਧੁੰਮਾ, ਇਸ ਕਰਕੇ ਅਗਲੇ ਨੇ ਸਟੈਂਡ ਲਿਆ, ਬੰਦਾ ਮਰਵਾਤਾ, ਲੇਕਿਨ ਚਟਾਨ ਵਾਂਗ ਖੜਾ ਹੀ, ਇਸ ਕਰਕੇ ਦਿਲੋਂ ਉਸ ਬੰਦੇ ਨਾਲ ਢੱਡਰੀਆਂ ਵਾਲੇ ਨਾਲ ਖੜੇ ਆ ਖੜਾ ਅਗਲਾ। ਏਦਾਂ ਤੁਹਾਡੀਆਂ ਗੁੰਡਾਗਰਦੀਆਂ ਨੀ ਚੱਲਣ ਦੇਣੀਆਂ, ਗੱਲ ਸੁਣ ਲਓ ਵਟਸਐਪ ਗਰੁੱਪ ਵਾਲਿਓ। ਜਿੱਦਣ ਤੁਹਾਡੀਆਂ ਆਈਡੀਆ ਦਾ ਪਤਾ ਲੱਗ ਗਿਆ, ਜਿੱਦਣ ਤੁਹਾਡੀਆਂ ਫੋਟੋਆਂ ਦਾ ਪਤਾ ਲੱਗ ਗਿਆ ਨਾ, ਤੇ ਦੇਖਿਓ ਬਣਦਾ ਕਿ ਤੁਸੀਂ ਕਹਿੰਦੇ ਪੰਜਾਬ ਆ ਕੇ ਗੱਲ ਕਰੋ। ਪੁੱਤ ਪੰਜਾਬ ਹੀ ਰਹੀਦਾ ਜੇ, ਸਾਲ ਚ 3 ਵਾਰੀ ਪੰਜਾਬ ਜਾਈਦਾ ਜੇ, ਤੇ ਦੱਸ ਦਿਓ ਜਿੱਦਣ ਜਾਣਾ, ਤੁਹਾਨੂੰ ਦੱਸ ਕੇ ਜਾਵਾਂਗਾ ਇੱਥੋਂ ਵੀ ਆ ਚੱਲਾਂ ਪੰਜਾਬ ਆ ਜਾਓ, ਜਿਹੜਾ ਤੁਹਾਡੇ ਜਿਹੜਾ ਪਿਓ ਦਾ ਪੁੱਤ ਹੈ ਨਾ, ਉਹਨੂੰ ਆ ਜੇ ਇੱਥੇ ਆ ਜੇ, ਤੁਹਾਨੂੰ ਦੱਸ ਦਿੰਦੇ ਤੁਹਾਨੂੰ ਕਿਹੜੇ ਭਾਵ ਵੇਖਦੀ ਹੈ। ਤੁਸੀਂ ਕਦੀ ਕਿਸੇ ਨੂੰ ਉਹ ਯਾਰ ਮੇਰੀ ਤੁਹਾਡੀ ਕੀ ਗੱਲ ਕਿ ਮੈਂ ਦਿੱਲੀ ਦਾ ਭਾਪਾ ਵਾ,
ਕਹਿੰਦਾ ਭਾਜੀ ਨਹੀਂ ਭਾਜੀ ਏਦਾਂ ਨਹੀਂ ਕਰੀਦਾ, ਤੀਆਂ ਭੈਣਾਂ ਸਾਂਝੀਆਂ ਆਉਂਦੀਆਂ ਭਾਜੀ, ਤੇ ਤੁਸੀਂ ਉਹਨਾਂ ਨੂੰ ਕੀਤੀ ਹੋ ਗਾਲਾਂ ਕੱਢਣ। ਠੀਕ ਹੈ, ਮੈਂ ਬੜੇ ਦਿਨ ਨੂੰ ਚੁੱਪ ਕੀਤਾ, ਮੈਂ ਕਹਿੰਦਾ ਨਹੀਂ ਰਹਿਣ ਦੇ, ਲੇਕਿਨ ਪਿਛਲੇ ਹਫ਼ਤੇ ਤੁਸੀਂ ਟਕਾ ਕੇ ਲੂਣ ਲਿਆ ਨਾ, ਅੱਜ ਵੀ ਤੁਸੀਂ ਗਾਲਾਂ ਕੱਢਣ ਡੇ ਹੋ ਨਾ, ਕੱਢੀ ਚੱਲੋ। ਤੁਸੀਂ ਆਪਣੇ ਨਾਲ ਨਾਲ ਆਪਣੇ ਮਰ ਚੁੱਕੇ ਜਿਹੜੇ ਗਧੇ ਬੰਦੇ ਸੀ, ਗੁਰਬਚਨ ਸਿੰਘ ਜਿਹਨੇ ਗੁਰਬਾਣੀ ਪਾਠ ਦਰਸ਼ਨ ਲਿਖਿਆ ਸੀ, ਇੱਕ ਨੰਬਰ ਦਾ ਕੁੱਤਾ ਸੀ, ਉਹ ਕੁੱਤਾ ਜਿਹਨੇ ਸਿੱਖ ਕੌਮ ਨੂੰ ਜਿਹਨੇ ਇਨਸਾਨੀਅਤ ਨੂੰ ਜਿਹਨੇ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਹਿੰਦੂ ਨੇ, ਉਹ ਤੋਂ ਬਾਅਦ ਜਿੰਨੇ ਤੁਹਾਡੇ ਮਰ ਚੁੱਕੇ ਮੁਖੀ ਹੈ ਸਾਰੇ ਦੇ ਸਾਰੇ ਰਖੇਲਾਂ ਬਣ ਕੇ RSS ਦੀਆਂ ਨੱਚਦੇ ਰਹੇ ਨੇ, ਤੁਸੀਂ ਹੋਰ ਸੁਣਦੇ ਹੋ, ਬੰਦੇ ਬਣ ਜਾਓ ਅਜੇ ਵੀ। ਠੀਕ ਹੈ, ਤੁਸੀਂ ਅੱਤ ਚੱਕੀ ਹੈ, ਤੁਸੀਂ ਅੱਤ ਓਏ ਖੋਤੀ ਦੇ ਪੁੱਤਰੋ, ਨਾ ਤੇ ਤੁਹਾਡੇ ਅਸੀਂ ਗੁਰਦੁਆਰੇ ਚ ਜਾਈਏ, ਨਾ ਤੁਹਾਡੇ ਮਰਿਆਂ ਦੇ ਜਾਈਏ, ਨਾ ਤੁਹਾਡੇ ਵਿਆਹਾਂ ਦੇ ਜਾਈਏ। ਠੀਕ ਹੈ, ਫਿਰ ਤੁਸੀਂ ਕੌਣ ਹੁੰਦੇ ਹੋ ਇਹ ਕਹਿਣ ਵਾਲੇ ਕਿ ਇਹ ਬੰਦਾ ਸਹੀ ਹੈ ਤੇ ਇਹ ਗਲਤ ਹੈ। ਤੁਸੀਂ ਇਸੇ ਕਰਕੇ ਇਹ ਮਤਲਬ ਜ਼ਿਆਦਾ ਰੌਲਾ ਪਾਉਂਦੇ ਹੋ ਨਾ ਕਿ ਹਾਂਜੀ ਦਸਮ ਗ੍ਰੰਥ ਭਾਈ ਮੈਂ ਇੱਕ ਵਾਰੀ ਸਾੜ ਚੁੱਕਾ, ਦੂਜੀ ਵਾਰੀ ਫੇਰ ਸਾੜਾਂਗਾ ਉਹਨੂੰ, ਔਰ ਲਾਈਵ ਹੋ ਕੇ ਦੁਨੀਆਂ ਨੂੰ ਦਿਖਾਵਾਂ ਵੀ ਗੰਦ ਹੈ, ਇਹਨੂੰ ਪੜ੍ਹ ਲਓ ਪਹਿਲਾਂ, ਇਹਨੂੰ ਪੜ੍ਹੋ ਇਹਦੇ ਵਿੱਚ ਕੀ ਲਿਖਿਆ ਜੀ, ਜਨਾਨੀ ਦੀ ਕੀ ਦੁਰਦਸ਼ਾ ਕੀਤੀ ਹੈ ਇਸ ਗ੍ਰੰਥ ਦੇ ਵਿੱਚ। ਸਾਰੇ ਗ੍ਰੰਥ ਦੇ ਵਿੱਚ ਮਨ ਮਤ ਭਗਉਤੀ ਫਲਾਨਾ ਆਹ ਦੇਵੀ ਉਹ ਦੇਵੀ, ਉਹ ਖੋਤੀ ਦੇ ਪੁੱਤਰੋ ਗੁਰੂ ਨੇ ਕੀ ਜਿਹੜਾ ਜਿਹਨੂੰ ਦਸਵੇਂ ਪਾਤਸ਼ਾਹ ਜਿਹਨੇ ਆਪਣਾ ਪੂਰਾ ਸਰਬੰਸ ਵਾਰ ਦਿੱਤਾ ਕਿ ਉਹਨੇ ਆਹ ਕੁਛ ਸਾਨੂੰ ਗੰਦ ਲਿਖ ਕੇ ਦੇ ਕੇ ਜਾਣਾ ਸੀਗਾ। ਹੁਣ ਜਦੋਂ ਸੋਸ਼ਲ ਮੀਡੀਆ ਤੇ ਬਾਂਹ ਪਈ ਹੈ ਤਾਂ ਹੁਣ ਠਾਕਰ ਸਿੰਘ ਵਰਗਾ ਵੀ ਆ ਕਹਿੰਦਾ ਕਿ ਨਹੀਂ ਜੀ ਮੇਰੇ ਕੋਲ ਗਲਤੀ ਹੋ ਗਈ, ਭਾਵਕ ਹੋ ਕੇ ਗਧੇ ਦਾ ਪੁੱਤ ਫਿਰ ਵੀ ਗਲਤੀ ਨਹੀਂ ਮੰਨ ਕੇ ਗਿਆ ਕਿ ਨਹੀਂ ਮੈਂ ਗੱਪਾਂ ਮਾਰਦਾ ਹੀ। ਟਕਸਾਲੀ ਪ੍ਰਚਾਰਕ ਹੈ ਨਾ ਗੱਪੀ ਜਿਹੜਾ ਠਾਕਰ ਸਿੰਘ, ਗੱਪੀ ਜਿਹੜਾ ਜਨਾਨੀ ਨਾਲ ਫੜਿਆ ਗਿਆ ਸੀ, ਜਿਹੜਾ ਜਨਾਨੀ ਦੇ ਚੁੰਮੀਆਂ ਲੈਣ ਨੂੰ ਤੁਰਿਆ ਫਿਰਦਾ ਹੈ, ਜਿਸ ਜਨਾਨੀ ਨੇ 20 ਸਾਲ ਇਸ ਬੰਦੇ ਦੇ ਗੰਦੇ ਕੱਛੇ ਧੋਤੇ ਨੇ, ਉਹੀ ਹੈ ਨਾ ਬ੍ਰਹਮ ਕਵਜ ਵਾਲਾ ਤੁਹਾਡਾ ਟਕਸਾਲ ਦਾ ਪ੍ਰਚਾਰਕ ਹੈ ਨਾ, ਉਹਨੂੰ ਕਹੋ ਕਿ ਤੂੰ ਬ੍ਰਹਮ ਕਵਚ ਕਰ ਇੱਥੇ ਬੈਠ ਕੇ, ਤੇ ਬਾਕੀ ਵੀ ਜਿਹੜੇ ਧੂਤੇ ਗਾਲਾਂ ਕੱਢਣ ਵਾਲੇ ਕੁੱਤੇ ਕਮੀਨੇ ਨੇ ਜਿਹੜੇ ਟਕਸਾਲੀ, ਉਹਨਾਂ ਨੂੰ ਵੀ ਕਹਿ ਬੈਠ ਕੇ ਤੇ ਤੁਸੀਂ ਨਾ ਇੱਥੇ ਬੈਠ ਕੇ ਬ੍ਰਹਮ ਕਵਚ ਕਰੋ, ਤੇ ਜਿਹੜਾ ਬੰਦਾ ਤੁਹਾਨੂੰ ਗਲਤ ਲੱਗਦਾ ਨਾ ਉਹਨੂੰ ਜਾ ਕੇ ਬ੍ਰਹਮ ਕਵਚ ਦਾ ਪਾਠ ਪੜ੍ਹ ਕੇ ਉਹਨੂੰ ਭਸਮ ਕਰ ਦਿਓ, ਮੱਟ ਜਿੱਦਾਂ ਕਹਿੰਦੇ ਪਾਠ ਦੇ ਫਲਾਨਾ ਢਿੰਗੜਾ ਕਰ ਦੋ ਜੋ ਕਰਨਾ। ਤੁਸੀਂ ਤੇ ਪਾਇਆ ਗੰਦ, ਜਿਹੜੇ ਲੋਕੀ ਤੁਹਾਡੇ ਅੱਗੇ ਬੋਲਦੇ ਨੀ ਉਹ ਵਿਚਾਰੇ ਸ਼ਰਮ ਦੇ ਮਾਰੇ ਨੀ ਬੋਲਦੇ, ਯਾਰ ਕੀ ਇਹਨਾਂ ਕੁੱਤਿਆਂ ਦੇ ਇਹਨਾਂ ਦੇ ਮੱਥੇ ਲੱਗਣੇ, ਤੁਸੀਂ ਬਦਮਾਸ਼ੀਆਂ ਕਰਨ ਡੇ ਹੋ ਬਿਨਾਂ ਵਜ੍ਹਾ ਤੋਂ, ਗਧੀ ਦੇ ਪੁੱਤਰੋ ਬੰਦੇ ਬਣ ਜਾਓ। ਮੈਂ ਤੁਹਾਨੂੰ ਫਿਰ ਦੱਸੀ ਜਾਂਦਾ ਬੰਦੇ ਬਣ ਜਾਓ ਭਾਈ, ਨਾ ਕਿਸੇ ਤੋਂ ਡਰਦੇ ਹੈ ਨਾ ਕਿਸੇ ਤੋਂ ਡਰਾਉਂਦੇ ਕਿਸੇ ਨੂੰ, ਆਪਣੀ ਮਿਹਨਤ ਦੀ ਖਾਈ ਦੀ, ਹੱਥਾਂ ਦੇ ਚਾਂਡੀਆਂ ਪਈਆਂ ਨੇ ਕੰਮ ਕਰਕੇ, ਵਿਹਲੇ ਨਹੀਂ ਹੈ, ਸਟੇਜਾਂ ਤੇ ਬੈਠ ਕੇ ਇੱਕ ਰੁਪਈਆ ਪੰਜ ਪਾਉਂਡ ਨਹੀਂ ਇੱਥੇ ਬਾਜੇ ਤੇ ਰੱਖ ਦੇ ਲੋਕਾਂ ਦੇ ਲਈ ਦੇ ਜਿਹੜੇ ਤੁਹਾਡੇ ਤੋਂ ਡਰ ਸਕੀਏ, ਠੋਕ ਕੇ ਗੁੰਡਾਗਰਦੀ ਨੂੰ ਠੋਕ ਕੇ ਨੱਤ ਫਾਵਾਂਗੇ, ਤੁਹਾਨੂੰ ਦੱਸ ਦਿੱਤਾ, ਤੁਹਾਨੂੰ ਉਹ ਦਿਨ ਗਏ ਨੇ ਭਾਈ, ਹੁਣ ਨਹੀਂ। ਆਹ ਲਾਈਵ ਹੋ ਕੇ ਕੀਤੀ ਨਾ ਗੱਲ, ਏਦਾਂ ਕਰੋ ਜੇ ਤੁਹਾਡੇ ਚ ਹਿੰਮਤ ਹੈ ਜੀ ਆਪਣੀ, ਤੁਸੀਂ ਗਾਲਾਂ ਕੱਢਣ ਜੋਗੇ ਹੋ ਨਾ ਗਲਤ ਆਡੀਆਂ ਤੇ, ਹੋਵੋ ਲਾਈਵ ਭਾਈ, ਜਿਹਨੂੰ ਮਾੜਾ ਲੱਗਾ ਹੋਵੇ ਢੱਠੇ ਖੂਹ ਚ ਜਾਏ, ਏਦਾਂ ਹੀ ਗੱਲ ਕਰਨੀ ਹੈ, ਏਦਾਂ ਹੀ ਕੀਤੀ ਹੈ, ਏਦਾਂ ਹੀ ਕਰਾਂਗੇ। ਮੈਂ ਗਾਂਧੀ ਨਹੀਂ ਗਾ ਜਿਹੜਾ ਕਹੋਗੇ ਬੜੇ ਵਧੀਆ ਜੀ ਤੁਸੀਂ ਭਾਈ ਗੁਰਸਿੱਖ ਨੂੰ ਏਦਾਂ ਦੇ ਬੋਲ ਨਹੀਂ ਬੋਲਣੇ ਚਾਹੀਦੇ, ਸਮਝ ਗਏ ਹੋ, ਇਹ ਸਾਡੇ ਘਰਾਂ ਚ ਵੜਨਦੇ ਨੇ, ਆ ਗੁਰੂ ਇਹ ਸਿਖਾਉਂਦਾ ਜੇ ਕਿ ਸਿੱਖਾ ਸਹੀ ਟਾਈਮ ਤੇ ਬੋਲੀ, ਜਦੋਂ ਸਾਰੇ ਆਮ ਹੋ ਜਾਂਦੇ ਉਦੋਂ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ। ਓਏ ਭਰਾਵੋ ਉੱਠੋ, ਇਹਨਾਂ ਨੂੰ ਨੱਥ ਪਾਓ, ਇਹਨਾਂ ਕੁੱਤਿਆਂ ਨੂੰ ਨੱਥ ਪਾਓ, ਨਹੀਂ ਤਾਂ ਤੁਹਾਡੇ ਘਰਾਂ ਚ ਵੜਨੇ ਆ ਕੇ, ਜੋ ਮਰਜ਼ੀ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ ਭਾਈ ਤੁਹਾਡਾ ਟਾਈਮ ਖਰਾਬ ਹੋਇਆ।